ਤੁਸੀਂ ਹਿਸਾਬ ਲਾ ਲਓ ਵੀ 75 ਹਜ਼ਾਰ ਬਾਬਰ ਦਾ ਕੰਮ ਕਰਦਾ ਆ। ਵੀ ਹੈ ਕਿੰਨੇ ਦਾ ਇਹ? ਇਹ 50 ਦਾ ਆਇਆ। 50 ਦਾ ਆਇਆ ਤੇ 75 ਦਾ ਕੰਮ ਕਰਦਾ ਆ। ਕਰਦਾ ਜੀ। ਆਵਾਜ਼ ਦਾ ਤੁਸੀਂ ਹਿਸਾਬ ਲਾ ਲਓ ਵੀ ਅੱਧੇ ਪਿੰਡ 'ਚ ਪਤਾ ਲੱਗ ਜਾਂਦਾ ਵੀ ਟਰੈਕਟਰ ਸਟਾਰਟ ਹੋ ਗਿਆ। ਨਾਰਮਲ ਲਾ ਲਓ 300 ਦਾ ਯਾਨੀ ਖਾਲੀ ਵਾਂਗੂ ਲਈ ਫਿਰਦਾ ਟਰੈਕਟਰ। ਅੱਛਾ 300 ਕੁਇੰਟਲ ਤੱਕ ਦੋ। ਠੀਕ ਹੈ। ਜਿਹਨੂੰ ਵੀ ਆਪਾਂ ਨੂੰ ਕਹਿੰਦੇ ਪਤਾ ਨਹੀਂ ਲੱਗਦਾ। ਉਹ ਵਾਲਾ ਹਿਸਾਬ ਆ। ਇਹ ਗੰਨਾ ਜੀ 600 ਕੁਇੰਟਲ ਤੱਕ ਲੱਦੇ ਆਇਆ ਇਹ ਆਪਣੀ ਬਜਰੀ 1200 ਫੁੱਟ ਤੇ ਕੇਰੀ ਵੀ 1250 ਫੁੱਟ ਲੱਦੀ ਆ ਅੱਛਾ 600 ਕੁਇੰਟਲ ਗੰਨਾ ਤੁਸੀਂ ਲੈ ਕੇ ਗਏ ਲੈ ਕੇ ਕਿੱਥੇ ਗਏ ਇਹ ਫਾਜ਼ਲ ਕਾ ਗਏ ਸੀ ਇਥੋਂ 250 ਕਿਲੋਮੀਟਰ ਦੇ ਮਿਲ ਬੈਂਦੀ ਚਲੰਦਰ ਤੋਂ ਤਾਂ ਬੜਾ ਇਹਦਾ ਨਾ 250 ਕਿਲੋਮੀਟਰ ਦਾ ਤੁਸੀਂ ਦੱਸ ਰਹੇ ਹੋ ਸਪੀਡ ਦੀ ਜਿੱਕਰ ਗੱਲ ਕਰੀਏ ਕਿ ਕਿੰਨੇ ਕ ਸਪੀਡ ਤੱਕ ਗਏ ਹੈ ਹਨਾ ਜਾਂਦਾ ਹੈ ਹਾਂਜੀ 80 ਤੋਂ ਉਪਰੀ ਜਾਂਦਾ ਜੀ 80 85 ਦੇ ਵਿੱਚ ਵਿੱਚ ਰਹਿੰਦਾ ਆ ਗੱਡੀਆਂ ਦੇ ਤਾਂ ਜਾ ਕੇ ਉਦਾਂ ਵੀ ਨਹੀਂ ਖੁਸ਼ ਹੁੰਦੇ ਅਸੀਂ ਅੱਛਾ ਹੁਣ ਅਸੀਂ ਨਦੇੜ ਨਦੇੜ ਨੂੰ ਜਾਣਾ ਜੀ ਇੱਥੋਂ ਅੱਛਾ ਜੀ ਹਾਂਜੀ ਹਜੂਰ ਸਾਹਿਬ ਨੂੰ ਕੱਲ ਦਾ ਹੀ ਪਲਾਨ ਆ ਕੱਲ ਨੂੰ ਸ਼ਾਮ ਨੂੰ ਤੁਰਨਾ ਆ ਅੱਛਾ ਉਹ ਤਾਂ ਬਾਈ ਬਹੁਤ ਕਿੰਨੇ ਕਿਲੋਮੀਟਰ ਦਾ ਤੁਹਾਡਾ ਸਫ਼ਰ ਹੋਊਗਾ ਉਹ ਜੀ 2000 ਕਿਲੋਮੀਟਰ ਪੈਂਦਾ ਜੀ ਇਹ ਇਹ ਆਪਣਾ ਚੌਥਾ ਟਾਇਰ ਆ ਜੀ ਅੱਛਾ ਜੀ ਹਾਂਜੀ ਹਾਂਜੀ ਕਿੰਨਾ ਖਰਚਾ ਕਰਤਾ ਤੁਸੀਂ ਟਾਇਰ-ਟਾਇਰ ਤੇ 13 ਦਾ ਇਦਾਂ ਜੀ ਕੰਪਨੀ ਵੱਲੋਂ ਮਿਲਦੇ ਆ ਸਾਨੂੰ ਅੱਛਾ ਜੀ ਐਮਆਰਫ ਵੱਲੋਂ ਦੋ ਜੂੜੀਆਂ ਸਾਨੂੰ ਮਿਲੀਆਂ ਆ ਪੱਲੋ ਬੋਲੂ ਵੱਲੋਂ ਮਿਲੀਆਂ ਈ ਯਾਨੀ ਕਿ ਆ ਉਦਾ ਕੀਮਤ ਚੰਗੀ ਆ ਟਾਇਰ ਦੀ 70-80 ਹਜ਼ਾਰ ਦੇ ਆ ਤੇ ਸਾਨੂੰ ਮਹੀ 30 ਹਜ਼ਾਰ ਦੇ ਮਿਲੇ 20 ਤੋਂ 30 ਹਜ਼ਾਰ ਦੇ ਵਿੱਚ ਰੰਪ ਆ ਗਏ ਤੁਹਾਡਾ ਸਾਡੇ ਇੱਕ ਨਵੇਂ ਵਲੌਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੇਰੇ ਪਿੱਛੇ ਜਿਹੜਾ ਝੋਟਾ ਤੁਸੀਂ ਦੇਖ ਰਹੇ ਹੋ ਇਹਦੀ ਬੜੀ ਤਾਰੀਫ ਹੈ ਇੰਸਟਾਗ੍ਰam ਤੇ ਬੜੀ ਰੀਲਾਂ ਵੀ ਤੁਸੀਂ ਦੇਖਿਆ ਹੋਣੀਆ ਆ ਤੇ ਜਦੋਂ ਕਿਸਾਨੀ ਧਰਨਾ ਚੱਲ ਰਿਆ ਸੀ ਵੀ ਇਸ ਝੋਟੇ ਤੇ ਵੀ ਤੁਸੀਂ ਇਹ ਹਿਸਾਬ ਲਾ ਲਓ ਕਿ ਟਰਾਲੀ ਦੇ ਉੱਤੇ ਟਰਾਲੀ ਹੀ ਟਰੈਕਟਰ ਵੀ ਸੀਗੇ ਤੇ ਤਲਜਿੰਦਰ ਭਾਈ ਸਾਡੇ ਨਾਲ ਰਹਿਣਗੇ ਬਹੁਤ ਕੁਝ ਖਾਸੀਅਤ ਹੈ ਸਾਰੀ ਖਾਸੀਅਤ ਬਾਈ ਜੀ ਸਾਨੂੰ ਦੱਸਣਗੇ ਬਾਈ ਜੀ ਸ਼ਸ਼ਿਆ ਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਾਈ ਬਹੁਤ-ਬਹੁਤ ਸਵਾਗਤ ਹੈ ਬਾਈ ਜੀ ਮੈਂ ਸੁਣਿਆ ਬੜੇ ਪਿਆਰ ਨਾਲ ਤੇ ਬੜੀ ਇਨਵੈਸਟਮੈਂਟ ਦੇ ਨਾਲ ਤੇ ਹੀ ਝੋਟਾ ਆਪਣਾ ਤਿਆਰ ਕੀਤਾ ਹੈ ਜੀ ਹਾਂਜੀ ਹਾਂਜੀ ਉਹ ਰੀਜਨ ਆ ਕੀਤਾ ਆ ਜੀ ਕਿਉਂ ਬਾਈ ਜੀ ਕੀ ਖਾਸियत ਹੋਣ ਵਾਲੀ ਆ ਇਹਦੀ ਤੇ ਤੁਸੀਂ ਦੱਸ ਰਹੇ 2016 ਮਾਡਲ ਹੈ ਬਾਈ ਫਾਰਮ ਟਰੈਕ ਦਾ ਇਹ ਹਾਂਜੀ 2016 ਮਾਡਲ ਆ ਤੇ 6000 ਘੰਟੇ ਚੱਲਿਆ ਆ ਸਰਵ ਸਰਵ ਸਾਈ ਹੋਈਆਂ ਟਰੈਕਟਰ ਦਾ ਹੋਰ ਕੋਈ ਕੰਮ ਨਹੀਂ ਕਰਾਇਆ ਠੀਕ ਹੈ ਬਾਈ ਹਾਂਜੀ ਖਾਸੀਅਤ ਬਾਈ ਜੀ ਖਾਸੀਅਤ ਪੱਖੋਂ ਬੜੇ ਹੈ ਨਾ ਵੀ ਅਸੀਂ ਰੀਲਾਂ ਵੀ ਦੇਖਿਆ ਹੈ ਇੰਸਟਾਗ੍ਰਾਮ ਤੇ ਬੜੀ ਰੀਲਾਂ ਤੁਹਾਡੀਆਂ ਚੱਲਦੀਆਂ ਆ ਤੇ ਖਾਸੀਅਤ ਕੀ ਕੁਸ਼ ਹੋ ਜਾਂਦੀ ਹੈ ਕਿਉਂਕਿ ਬਾਈ ਜੀ ਟਾਇਰ ਵੀ ਅਸੀਂ ਦੇਖ ਰਹੇ ਹਾਂ ਬਾਲਾ ਹੀ ਵੱਡਾ ਤੁਸੀਂ ਪਵਾਏ ਦੇ ਹਾਂਜੀ ਹਾਂਜੀ ਟਾਇਰ ਆਪਣੇ ਜਿੱਦਾਂ ਪੱਲੇ ਨੂੰ ਹੀ ਕੰਪਨੀ ਵਾਲੇ 14 ਦੇ ਆਉਂਦੇ ਆ ਤੇ ਹੁਣ 16 9 30 ਦੇ ਪਵਾਏ ਆ ਅੱਛਾ ਤੇ ਆਪਣਾ ਇਹਦੀ ਪੰਪਰੀ ਸਾਈਡਿੰਗ ਕਰਕੇ ਲਾਲੋ ਪਹਹਾਏ ਚ ਵੀ ਜਿਹੜਾ ਟਰੈਕਟਰ ਆ ਇਹ ਤੇ 75 ਤੱਕ ਕੰਮ ਕਰਦਾ ਆ ਅੱਛਾ ਜੀ ਹਾਂਜੀ ਤੇ ਪੰ ਹਾਂਜੀ ਹਾਂਜੀ ਠੀਕ ਹੈ ਅੱਛਾ ਬਾਈ ਇਹ ਚੀਜ਼ ਵੀ ਤੁਸੀਂ ਕਾਫੀ ਮਤਲਬ ਕਿ ਹੈਨਾ ਇਹਨੂੰ ਕਾਫੀ ਅੱਗੇ ਤੱਕ ਕੀਤਾ ਹੋਇਆ ਇਹਦਾ ਕੀ ਕੰਮ ਹੋ ਜਾਂਦਾ ਬਾਈ ਜੀ ਤੇ ਇਹ ਕਿੰਨਾ ਕੁ ਹੈਲਪਫੁਲ ਹੁੰਦਾ ਹੈ ਇਹ ਆਪਣਾ ਹੀ ਜਿਹਦਾ ਗੰਨੇ ਆ ਦਾ ਕੰਮ ਹੈ ਇੱਥੇ ਯਾਰਾ ਜਿਹੜਾ ਟਰਾਲੀ ਗੰਨੇ ਲੈ ਕੇ ਜਾਣੀ ਤੁਸੀਂ ਮੀਲਾ ਚ ਹੈ ਨਾ ਹਾਂਜੀ ਹਾਂਜੀ ਜਦੋਂ ਖੇਤ ਚ ਵੀ ਟਰਾਲੀ ਖੁੱਭ ਜਾਂਦੀ ਆ ਤਾਂ ਇੱਦਾਂ ਹੀ ਮਗਰ ਟੋਜਨ ਪਾਉਣ ਤੋਂ ਵਗੈਰੇ ਦੇ ਢੱਕਾ ਲਾ ਦੀਦਾ ਆ ਅੱਛਾ ਟੋਚਨ ਦੀ ਲੋਡ ਹੀ ਨਹੀਂ ਬੈਣੀ ਹੈ ਨਾ ਵੀ ਇਹਦੇ ਤੇ ਤੁਸੀਂ ਭਾਰ ਪਾ ਦਿੰਨੇ ਹੋ ਨਹੀਂ ਨਹੀਂ ਇਦਾਂ ਟਰਾਲੀ ਦੇ ਮਗਰ ਲਾ ਲੈਣਾ ਆ ਅੱਛਾ ਅੱਛਾ ਟਰਾਲੀ ਦੇ ਮਗਰ ਲਾ ਦੋਗੇ ਤੇ ਮਗਰ ਅਗਰ ਬਾਈ ਜੀ ਜੇ ਆਪਾਂ ਭਾਰ ਦੀ ਗੱਲ ਕਰੀਏ ਕਿੰਨਾ ਭਾਰ ਚੱਲ ਲੈਂਦਾ ਤੁਹਾਡਾ ਇਹ ਅੱਗੇ ਵਾਲਾ ਜਿਗਾ ਆ ਜੀ ਡੇਢ ਕੁਇੰਟਲ ਦਾ ਤੇ 4 ਕੁਇੰਟਲ ਆਸੀਂ ਲਾ ਕੇ ਰੱਖਿਆ ਆ ਉਹ ਗੰਨਿਆਂ ਦੇ ਦੇ ਭਾਈ ਜੀ ਫਿਰ ਕਿੰਨਾ ਕੁ ਭਾਰ ਚੱਲ ਜਾਂਦਾ ਕਿਉਂਕਿ ਇੱਕ ਤੁਹਾਡੀ ਟਰਾਲੀ ਵੀ ਅਸੀਂ ਹੈ ਕਾਫੀ ਮਸ਼ਹੂਰ ਦੇਖੀ ਕਾਫੀ ਲੰਬੀ ਕਿੰਨਾ ਸਾਈਜ਼ ਹੁੰਦਾ ਭਾਈ ਉਹ 30 ਫੁੱਟ ਹੈ ਜੀ 30 ਫੁੱਟ ਦੀ ਟਰਾਲੀ ਤੁਸੀਂ ਤਿਆਰ ਹਾਂਜੀ ਹਾਂਜੀ ਤੇ ਭਾਰ ਕਿੰਨਾ ਪਾਲਦੇ ਉਹਦੇ ਤੇ ਕਿੰਨਾ ਲੈ ਕੇ ਗਏ ਹੋ ਤੁਸੀਂ ਆਈ ਗੰਨਾ ਜੀ 600 ਕੁਇੰਟਲ ਤੱਕ ਲੱਦੇ ਆਇਆ ਤੇ ਆਪਣੀ ਬਜਰੀ 1200 ਫੁੱਟ ਤੇ ਕੇਰੀ ਵੀ 1250 ਫੁੱਟ ਲੱਦੀ ਆ ਅੱਛੇ 600 ਗੰਟਲ ਗੰਨਾ ਤੁਸੀਂ ਲੈ ਕੇ ਗਏ ਲੈ ਕੇ ਕਿੱਥੇ ਗਏ ਇਹ ਫਾਜ਼ਲ ਕਾ ਗਏ ਸੀ ਇਥੋਂ 250 ਕਿਲੋਮੀਟਰ ਦੇ ਮਿਲ ਬੇਨਤੀ ਚਲੰਦਰ ਤੋਂ ਤਾਂ ਬੜਾ ਇਹਦਾ ਨਾ 250 ਕਿਲੋਮੀਟਰ ਦਾ ਤੁਸੀਂ ਦੱਸ ਰਹੇ ਹੋ ਤੇ ਫਿਰ ਕਿਦਾਂ ਦਾ ਪਰਫਾਰਮੈਂਸ ਰਿਹਾ ਕਿਉਂਕਿ ਜਾਣ ਤਾਂ ਇਹਦੇ ਤੇ ਤੁਸੀਂ ਕਹਿ ਰਹੇ ਸੀਗੇ ਕਿ ਹੈ ਨਾ ਵੀ ਨਾਰਮਲ ਇਹਦੇ ਤੇ ਵੈਸੇ ਕਿੰਨਾ ਭਾਰ ਪੈ ਸਕਦਾ ਹੈ ਨਾਰਮਲ ਆ ਲੋ 300 ਦਾ ਯਾਨੀ ਖਾਲੀ ਵਾਂਗੂ ਲਈ ਫਿਰਦਾ ਟਰੈਕਟਰ ਅੱਛਾ ਜੀ 300 ਕੁਇੰਟਲ ਤੱਕ ਦਾ ਠੀਕ ਹੈ ਜਿਹਨੂੰ ਵੀ ਆਪਾਂ ਨੂੰ ਕਹਿੰਦੇ ਪਤਾ ਨਹੀਂ ਲੱਗਦਾ ਉਹ ਵਾਲਾ ਹਿਸਾਬ ਆ ਇੰਨੀ ਜਾਣ ਇਹਦੇ ਹਾਂਜੀ ਹਾਂਜੀ ਕੋਆਦੀ ਤੇ 600 ਵਾਲਾ ਲੈ ਕੇ ਗਏ ਤੇ ਪਰਫਾਰਮੈਂਸ ਕਿੱਦਾਂ ਦੀ ਰਹੀ ਫਿਰ ਨੇ ਵਧੀਆ ਰਿਹਾ ਟਰੈਕਟਰ ਬੜੇ ਆਰਾਮ ਨਾਲ ਵਿੱਚ ਵਿੱਚ ਟਾਪ ਗੇਅਰ ਚੱਕਦਾ ਸੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਤੇ ਵਿੱਚ ਯਾਨੀ ਤੀਜੇ ਜਾਂਦਾ ਸੀ ਗੇਅਰ ਚ ਠੀਕ ਹੈ ਹਾਂਜੀ ਬੜਾ ਵਧੀਆ ਗਿਆ ਟਰੈਕਟਰ ਕੋਈ ਨਾ ਔਖਾ ਨਹੀਂ ਕੀਤਾ ਰਾਜ ਕਿਨੇਕ ਟਾਈਮ ਦੇ ਵਿੱਚ ਤੁਸੀਂ ਲਾਤ ਹੀ ਉਥੇ ਉਥੇ ਜੀ ਸਾਲਾ ਵਿੱਚ ਸੌਂ ਸੌ ਕੇ ਠਰਕ ਕੇ ਇੱਡੇ ਸਾਨੂੰ ਲੱਗ ਜਾਂਦੇ ਆ ਸਟਵੀ ਕਿਉਂਕਿ ਜ਼ਰੂਰੀ ਹੁੰਦੀ ਹੈ ਹਾਂਜੀ ਹਾਂਜੀ ਕਿਉਂਕਿ ਇੱਕ ਧੁੰਦ ਪੈ ਜਾਂਦੀ ਉਹਦੇ ਕਰਕੇ ਫੇਰ ਰੁਕਣਾ ਪੈਂਦਾ ਸੀਗਾ ਅੱਛਾ ਹਾਂਜੀ ਤੇ ਬਾਈ ਤੁਸੀਂ ਕਿਸਾਨੀ ਤਰਨੇ 'ਚ ਵੀ ਲੈ ਕੇ ਗਏ ਸੀਗੇ ਹੈ ਤੇ ਉਹ ਕੀ ਜਗੜ ਬਣਿਆ ਸੀਗਾ ਤੇ ਉਹਦਾ ਥੋੜਾ ਦੱਸੋ ਕਿਉਂਕਿ ਬੜੀ ਵੀਡੀਓ ਉਦੋਂ ਵੀ ਚੱਲੀ ਸੀਗੀ ਹਾਂਜੀ ਹਾਂਜੀ ਉਹ ਐਦਾਂ ਸੀਗਾ ਜੀ ਆਪਣੇ ਇਥੋਂ ਜਥੇਬੰਦੀ ਆ ਅੱਛਾ ਦਵਾਬਾ ਸੰਘਰਸ਼ ਕਮੇਟੀ ਸਲਿੰਦਰ ਸਿੰਘ ਉਹਨਾਂ ਦੇ ਪ੍ਰਧਾਨ ਆ ਅੱਛਾ ਤੇ ਉਹ ਕਹਿੰਦੇ ਲੈ ਕੇ ਜਾਣੇ ਟਰੈਕਟਰ 26 ਤਰੀਕ ਨੂੰ ਕਿਉਂਕਿ ਤੁਹਾਨੂੰ ਪਤਾ ਹੀਗਾ ਆਪਣਾ ਉਥੇ ਆ ਤੇ ਥੋੜਾ ਤੇਲ ਦਾ ਖਰਚੇ ਦੇ ਮੋਟੀਵੇਟ ਕੀਤਾ ਸੀ ਵੀ ਤੇਲ ਦਾ ਰੇਟ ਘਟਾਓ ਉਹਦੇ ਕਰਕੇ ਇੱਕ ਚੀਜ਼ ਉੱਤੇ ਉੱਤੇ ਲੱਦ ਕੇ ਲੈ ਗਏ ਸੀ ਵੀ ਮੇਨ ਮੋਟੀਵੇ ਬਈ ਸੀਗਾ ਵੀ ਸਾਡਾ ਵੀ ਤੇਲ ਦੀਆਂ ਕੀਮਤਾਂ ਵਧ ਕਰਕੇ ਅਸੀਂ ਨਾ ਔਖਾ ਹੋਗੇ ਵੀ ਆ ਸਕਦੇ ਆ ਵੀ ਜਿੰਨਾ ਮਰਜੀ ਤੇਲ ਵਧਾ ਲਿਓ ਤੁਹਾਨੂੰ ਪਤਾ ਹੁਣਾਂ ਟਾਈਮ ਆ ਤੇਲ ਬਹੁ ਵਧਾਤਾ ਸੀ ਹਾਂ ਜੀ ਹਾਂ ਜੀ ਪ੍ਰਾਈਸ ਵੱਧ ਗਈ ਹਾਂ ਜੀ ਬਈ ਕਿੰਨਾ ਕੇ ਲੈ ਗਏ ਸੀਗੇ ਕਿੰਨੇ ਟਰੈਕਟਰ ਲੈ ਗਏ ਸੀ ਇੱਥੋਂ ਆਹੀ ਲੈ ਗਏ ਸੀ ਜੀ ਟਰੈਕਟਰ ਟਰਾਲੀ ਵਿੱਚ ਇੱਕ ਲੱਦ ਗਏ 30 ਫੁੱਟ ਦੀ ਥੋੜੀ ਹਾਂਜੀ ਉਹਦੇ ਉੱਤੇ 22 ਫੁੱਟ ਲੱਦੀ ਸੀਗੀ ਅੱਛਾ ਟਰਾਲੀ ਇੱਕ ਹੋਦੇ ਤੇ ਹਾਂਜੀ ਟਰਾਲੀ ਉਹਦੇ ਉੱਪਰ ਫੇ ਇੱਕ ਸੀਗੀ ਇਹ 12 ਫੁੱਟ ਟਰਾਲੀ ਵਿੱਚ ਗੋਭੀ ਲੱਦੀ ਸੀ ਟਰੈਕਟਰ ਟਰਾਲੀ ਉਹਦੇ ਉੱਪਰ ਵੀ ਸੀਗਾ ਅੱਛਾ ਜੀ ਉਹ ਮੁੜ ਕੇ ਹਰਿਆਣੇ ਲਾਗੇ ਜਾ ਕੇ ਲਾਤਾ ਸੀਗਾ ਕਿਉਂਕਿ ਨੇੜੇ ਪਹੁੰਚ ਗਏ ਸੀਗੇ ਮੁੜ ਕੇ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਸੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਚੀਜ਼ ਬਈ ਹੈ ਧਰਨੇ ਦੀ ਵੀ ਹੋਗੀ ਕਿ ਉਹਨੇ ਆਪਣੀ ਪੂਰੀ ਸ਼ਮੂਲੀਅਤ ਦਿੱਤੀ ਸੀ ਤੇ ਬਈ ਜਦੋਂ ਅੱਗੇ ਦਾ ਟਾਇਰ ਤਾਂ ਤੁਸੀਂ ਦੱਸਤਾ ਪਿੱਛੇ ਦਾ ਟਾਇਰ ਕਿੰਨਾ ਕੁ ਰਿਹਾ ਕਿਉਂਕਿ ਤੁਸੀਂ ਦੱਸ ਰਹੇ ਸੀਗੇ ਕਿ ਟਾਇਰ ਤਾਂ ਹੀ ਬਹੁਤ ਹੈਨਾ ਬਹੁਤ ਬਦਲਾਨੇ ਉਹ ਕਿੰਨਾ ਟਾਇਰ ਹੈ ਇਹ ਤੁਹਾਡਾ ਇਹ ਹੀ ਆਪਣਾ ਚੌਥਾ ਟਾਇਰ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਮਤਲਬ ਕਿੰਨਾ ਖਰਚਾ ਕਰਤਾ ਤੁਸੀਂ ਟਾਇਰ-ਟਾਇਰ ਤੇ 13 ਦਾ ਇਦਾਂ ਜੀ ਕੰਪਨੀ ਵੱਲੋਂ ਮਿਲਦੇ ਆ ਸਾਨੂੰ ਅੱਛਾ ਜੀ ਐਮਆਰਐਫ ਵੱਲੋਂ ਦੋ ਜੂੜੀਆਂ ਸਾਨੂੰ ਮਿਲੀਆਂ ਆ ਪੱਲੋ ਪੋਲੋ ਵੱਲੋਂ ਮਿਲੀਆਂ ਈ ਅੱਛਾ ਜੀ ਯਾਨੀ ਕਿ ਆ ਉਦਾਂ ਕੀਮਤ ਚੰਗੀ ਆ ਟਾਇਰ ਦੀ 70-80 ਹਜ਼ਾਰ ਦੇ ਆ ਤੇ ਸਾਨੂੰ ਮਹੀਂ 30 ਹਜ਼ਾਰ ਦੇ ਮਿਲੇ 20 ਤੋਂ 30 ਹਜ਼ਾਰ ਦੇ ਵਿੱਚ ਰਿੰਪ ਆ ਗਏ ਅੱਛਾ ਰਿੰਪ ਆ ਕੇ ਹੈਨਾ ਹਾਂਜੀ ਹਾਂਜੀ ਈ ਦੀ ਬਈ ਸਾਈਜ਼ ਕੀ ਆ ਇਹਦਾ ਟਾਇਰ ਦਾ ਏ ਜੀ ਹੈਗਾ 16x30 ਦੇ ਜੋ ਕਿ 65 ਤੋਂ 73 ਚ ਵੀ ਦੇ ਟ੍ਰੈਕ ਤੋਂ ਆਉਂਦੇ ਆ ਅੱਛਾ ਜੀ ਹਾਂਜੀ ਹਾਂਜੀ ਬਾਈ ਜੀ ਜਦੋਂ ਹੁਣ ਤੁਸੀਂ ਟਾਇਰ ਏ ਵੀ ਚੇਂਜ ਕਰਾਇਆ ਉਹ ਵੀ ਚੇਂਜ ਕਰਾਇਆ ਪਰਫਾਰਮੈਂਸ ਤੇ ਕਿੰਨਾ ਫਰਕ ਪੈਂਦਾ ਬਾਈ ਜੀ ਤੇ ਮਤਲਬ ਕਿ ਤੁਸੀਂ ਟਾਇਰ ਬਦਲਣ ਦੇ ਉੱਤੇ ਵੀ ਇੰਨਾ ਫੋਕਸ ਕਿਉਂ ਕਰਦੇ ਹੋ ਕਿਉਂਕਿ ਚੱਕਰ ਇਹ ਜਦੋਂ ਆਪਣਾ ਛੋੜਾ ਟਾਇਰ ਉਹਦੀ ਪ੍ਰੋਫਾਈਲ ਛੋੜੀ ਹੋ ਜਾਂਦੀ ਆ ਜਦੋਂ ਬਜਨ ਜਾੜਾ ਪਾਉਨੇ ਆ ਉਹ ਗਰਮ ਆਪਣੇ ਅਪਟਾਇਰ ਹੋ ਜਾਣਾ ਕਿ ਪ੍ਰੋਫਾਈਲ ਛੂਟੀ ਹੋਣਾ ਜਿੱਦਾਂ ਹੁਣ ਇਹ ਪ੍ਰੋਫਾਈਲ ਵੱਡੀ ਹੋ ਗਈ ਹੈ ਇਹਨੇ ਲੋਡ ਵਾਧੇ ਚੱਕਣਾ ਹੈ ਅੱਛਾ ਜੀ ਲੋਡ ਹੈ ਨਾ ਈਜ਼ਲੀ ਤੇ ਕਿਉਂਕਿ ਲੋਡ ਵਾਲਾ ਕੰਮ ਹੈ ਹੈ ਨਾ ਵੀ ਵੀ ਗੰਨਾ ਗੰਨਾ ਵੀ ਲੈ ਕੇ ਜਾਣਾ ਉਸ ਤੋਂ ਬਾਅਦ ਹੋਰ ਵੀ ਹੈ ਕੰਮ ਹੁੰਦੇ ਅੱਛਾ ਭਾਈ ਤੁਸੀਂ ਪਾਵਰ ਵੀ ਇਹਦੀ ਵਧਾਈ ਆ ਹੈ ਨਾ ਤੇ ਕਿੰਨੇ ਕੀ ਪਾਵਰ ਵਧਾਈ ਆ ਤੇ ਕੀ ਕੁਝ ਕਰਵਾਇਆ ਸੀਗਾ ਤੁਸੀਂ ਇਹਦੇ ਤੇ ਇਹ ਭਾਈ ਕਾਲਾ ਭਾਈ ਦੱਸ ਸਕਦਾ ਵੀ ਕਿੱਥੋਂ ਵਧੀ ਆ ਤੇ ਤੁਸੀਂ ਹਿਸਾਬ ਲਾ ਲਓ ਵੀ 75 ਹੌਦ ਬਬਰ ਤੱਕ ਕੰਮ ਕਰਦਾ ਆ ਤੇ ਹੈ ਕਿੰਨੇ ਦਾ ਇਹ ਇਹ 50 ਦਾ ਆ 50 ਦਾ ਆ ਤੇ 75 ਦਾ ਕੰਮ ਕਰਦਾ ਆ ਕਰਦਾ ਜੀ ਠੀਕ ਹੈ ਪੂਰਾ ਠੋਕੇ ਕਰਦਾ ਹੁਣ ਐਮਬੀ ਬਲੋ ਜਿਹੜੇ ਰਿਵਰਸੀਬਲ ਆ ਲਮਕੰਦੇ ਆ ਤੇ ਨਾਲੇ ਅੱਛਾ ਜੀ ਯਾਨੀ ਛੇ ਹੁੰਦੇ ਉਹ ਤੇ ਬੜੇ ਰਾਮਨਾਥੋ ਈਜ਼ੀਲੀ ਚੌਥੇ ਆਪਣੇ ਲੋ ਚ ਖਿੱਚੀ ਫਿਰਦਾ ਹੈ ਹਾਂ 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 ਹੁਣ ਵੀ ਮੈਨੂੰ ਲੱਗਦਾ ਤੁਸੀਂ ਕੰਮ ਤੇ ਸੀਗੇ ਕਿਤੇ ਹੈ ਫਿਰਰਾ ਫੇਂਡੇ ਸੀ ਆ ਦੇਖੋ ਮੀਟਰ ਵੀ ਨਾਲ ਹੀ ਲੱਗਾ ਜ਼ੀਰੋ ਲੈਵਲ ਫੇਂਡੇ ਸੀਗੇ ਅੱਛਾ ਜੀ ਹਾਂਜੀ ਹਾਂਜੀ ਬਈ ਸਪੀਡ ਦੀ ਜਿੱਕਰ ਗੱਲ ਕਰੀਏ ਕਿ ਕਿੰਨੇ ਕ ਸਪੀਡ ਤੱਕ ਇਹ ਹੈ ਹਨਾ ਜਾਂਦਾ ਹੈ ਹਾਂਜੀ 80 ਤੋਂ ਉੱਪਰ ਹੀ ਜਾਂਦਾ ਜੀ 80 85 ਦੇ ਵਿੱਚ ਵਿੱਚ ਰਹਿੰਦਾ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਇੱਥੇ ਵੀ ਟੂਰ ਕਿੱਥੇ ਕਿੱਥੇ ਦਾ ਲਾਇਆ ਹੋਇਆ ਹੈ ਕਿੰਨੇ ਤੁਸੀਂ ਦੱਸ ਰਹੇ ਸੀ ਤੇ ਆਪਾਂ ਜਦੋਂ ਵੀ ਪਲਾਨ ਬਣਾਣੇ ਆ ਇਹ ਸਾਡੀ ਪਹਿਲੀ ਚੋਇਸ ਹੁੰਦੀ ਹੈ ਗੱਡੀਆਂ ਨੂੰ ਵੀ ਆਪਾਂ ਪਿੱਛੇ ਹੀ ਰੱਖਦੇ ਆ ਵੀ ਨਹੀਂ ਆਪਾਂ ਝੋਟੇ ਤੇ ਚੱਲਣਾ ਹੈ ਬਿਲਕੁਲ ਗੱਡੀਆਂ ਦੇ ਤਾਂ ਜਾ ਕੇ ਉਦਾਂ ਵੀ ਨਹੀਂ ਖੁਸ਼ ਹੁੰਦੇ ਅਸੀਂ ਅੱਛਾ ਹੁਣ ਅਸੀਂ ਨਦੇੜ ਨਦੇੜ ਨੂੰ ਜਾਣਾ ਜੀ ਇੱਥੋਂ ਅੱਛਾ ਜੀ ਹਾਂ ਜੀ ਹਜੂਰ ਸਾਹਿਬ ਨੂੰ ਕੱਲ ਦਾ ਹੀ ਪਲਾਨ ਆ ਕੱਲ ਨੂੰ ਸ਼ਾਮ ਨੂੰ ਤੁਰਨ ਆਇਆ ਅੱਛਾ ਉਹ ਤਾਂ ਭਾਈ ਬਹੁਤ ਕਿੰਨੇ ਕਿਲੋਮੀਟਰ ਦਾ ਤੁਹਾਡਾ ਸਫ਼ਰ ਹੋਊਗਾ ਉਹ ਜੀ 2000 ਕਿਲੋਮੀਟਰ ਪੈਂਦਾ ਜੀ ਇੱਕ ਸਾਈਡ ਤੋਂ ਇੱਕ ਸਾਈਡ ਨੂੰ ਠੀਕ ਹੈ ਇਹਦੇ ਤੇ ਤੁਸੀਂ ਜਾਣਾ ਹੈ ਹਾਂਜੀ ਇੱਕ ਜਿਹੜਾ ਅੰਦਰ ਆਪਣਾ ਟਰੈਕਟਰ ਉਹ ਖੜਾ ਆ ਮੰਗੀ ਵਾਲਾ ਅੱਛਾ ਉਹ ਪਹਿਲੇ ਉੱਤੇ ਜਾ ਕੇ ਆਏ ਆ ਇੱਕ ਵਾਰੀ ਅੱਛਾ ਇਹ ਪਹਿਲਾਂ ਵੀ ਇੱਕ ਵਾਰ ਤੁਸੀਂ ਜਾ ਕੇ ਆਏ ਹਾਂਜੀ ਯਾਨੀ ਕਿ 65 ਘੰਟੇ ਲੱਗੇ ਸਾਨੂੰ ਜਾਣ ਜਾਣ ਚ ਇੰਨਾ ਕੀ ਰੀਲ ਗੱਡੀ ਚ ਟਾਈਮ ਲੱਗਦਾ ਅੱਛਾ ਹਾਂਜੀ ਹਾਂਜੀ ਉਸੇ ਸਪੀਡ ਤੇ ਤੁਸੀਂ ਲੈ ਕੇ ਗਏ ਹਾਂਜੀ ਹਾਂਜੀ ਤਕਰੀਬਨ ਤਕਰੀਬਨ ਕਿਉਂਕਿ ਟਾਈਮ ਡਿਊਰੇਸ਼ਨ ਹੈ ਸੇਮ ਹੋ ਗਈ ਅੱਛਾ ਬਈ ਫਿਰ ਜਦੋਂ ਹੁਣ ਤੁਸੀਂ ਨੰਦੇੜ ਜਾਣਾ ਹੈ ਤੇ ਫਿਰ ਇਹਦੀ ਕੋਈ ਤਿਆਰੀ ਵੀ ਕਰਦੇ ਹੋ ਕਿ ਹਾਂ ਯਾਰ ਆਪਾਂ ਪੂਰਾ ਇਹਦਾ ਚੈੱਕ ਅਪ ਕਰਾਣਾ ਹੈ ਜਾਂ ਇਦਾਂ ਕੁਝ ਨਹੀਂ ਜੀ ਤਿਆਰੀ ਆ ਹੁਣ ਤੁਹਾਡੇ ਸਾਹਮਣੇ ਜਿੱਦਾਂ ਆਏਗਾ ਮੜਾ ਤਵਾ ਕੇ ਲੈ ਜਾਣਾ ਅੱਛਾ ਇੱਕ ਸਰਵਿਸ ਕਰਾਉਣੀ ਆ ਬਸ ਠੀਕ ਹੈ ਤੇ ਇਹਦੇ ਪਿੱਛੇ ਵੀ ਟਰਾਲੀ ਕਿਹੜੀ ਲਾਉਂਗੇ ਟਰਾਲੀ ਆਪਣੀ 30 ਫੁੱਟੀ ਪਾਉਣੀ ਆ ਉਹ ਵੀ 30 ਫੁੱਟ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਕੀ ਕਿੰਨੇ ਕੁ ਭਾਰ ਕਿੰਨਾ ਪੈ ਜਾਊਗਾ ਵੀ ਸਮਾਨ ਵੀ ਲੈ ਕੇ ਜਾ ਰਹੇ ਹਾਂ ਕੀ ਸੰਗਤ ਹੀ ਜਾ ਰਹੀ ਹੈ ਜੀ ਨਹੀਂ ਸੰਗਤ ਜਾਣ ਲਈ ਆ ਤੇ ਸਮਾਨ ਥੋੜਾ ਜਿਹਾ ਲਾ ਲੋ ਵੀ ਉੱਥੇ ਜੋ ਲੰਗਰ ਚ ਦੇਣਾ ਆ ਅੱਛਾ ਜੀ ਹਾਂ ਜੀ ਪੈਂਡਾ ਲੋ ਇਕੱਠੀ ਕਰਾਈ ਹੋਣੀ ਜਿਹੜੇ ਉਰੇ ਉਰੇੋਂ ਉਹ ਲੈ ਕੇ ਜਾਣਾ ਜੀ ਕਿਆ ਬਾਤ ਹੈ ਬਾਈ ਬਹੁਤ ਲੰਮਾ ਟੂਰ ਹੈ ਅੱਛਾ ਬਾਈ ਹੋਰ ਕਿਤੇ ਦਾ ਤੁਸੀਂ ਟੂਰ ਲਾਇਆ ਹੋਇਆ ਤੁਸੀਂ ਦੱਸ ਰਹੇ ਹੋ ਮੀਲੇ ਆ ਤੇ ਵੀ ਲੈ ਗਏ ਆ ਆਫ ਰੋਡਿੰਗ ਵੀ ਤੁਸੀਂ ਹੈਨਾ ਦੱਸ ਰਹੇ ਹੋ ਕਿ ਨਹਿਰਾਂ ਦੇ ਵਿੱਚ ਵੀ ਗੱਡਿਆ ਹੋਇਆ ਬਿਲਕੁਲ ਬਿਲਕੁਲ ਆਪਣੇ ਆਨੰਦਪੁਰ ਸਾਹਿਬ ਵਾਲੀ ਨਹਿਰ ਜਿਹੜੇ ਪਖੜਾ ਡੈਮ ਵਾਲੀ ਤੇ ਆ ਸਭ ਤੋਂ ਵੱਲੋਂ ਇਹੀ ਟਰੈਕਟਰ ਅਸੀਂ ਵਿੱਚ ਬਾੜਿਆ ਸੀ ਉਦੋਂ ਕੋਈ ਨਹੀਂ ਬਾੜਦੇ ਸੀਗੇ ਹਾਂ ਹਾਂ ਤੇ ਹੋਰ ਜਾਨੀ ਕਿ ਜਿੱਥੇ ਆਪਣੇ ਇੱਥੇ ਜਾਗੜੀਆਂ ਬਾਹਰ ਟੁੱਟਾ ਸੀਗਾ ਸੁਲਤਾਨਪੁਰ ਲਾਗੇ ਹਾਂ 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 ਹਾਂਜੀ ਉੱਥੇ ਅਸੀਂ ਮਿੱਟੀ ਦੀ ਸ਼ਾ ਸ਼ਾਹਕੋਟ ਦੇ ਕੋਲ ਹਾਂਜੀ ਹਾਂਜੀ ਸ਼ਾਹ ਉੱਥੇ ਜਦੋਂ ਮਤਲਬ ਕਿ 2019 ਦੇ ਵਿੱਚ ਸ਼ਾਇਦ ਆਇਆ ਸੀ ਨਾ ਮਹਾੜਾ ਆਇਆ ਸੀਗਾ ਉੱਥੇ ਵੀ ਲੱਗ ਗਈ ਸੀ ਤੁਸੀਂ ਉੱਥੇ ਤੋਂ ਹਿਸਾਬ ਲਾ ਲਓ ਅਸੀਂ ਇੱਥੋਂ ਆ ਭੋਗਪੁਰੋਂ ਮਿੱਟੀ ਲੱਦ ਕੇ ਲੈ ਕੇ ਜਾਣਾ ਚਾਰ ਢੇੜੇ ਲਾਏ ਆ ਉਹੀ ਟਰਾਲੀ ਦੇ ਅੱਛਾ ਜਾਨੀ ਕਿ ਉਹ 1400 ਫੁੱਟ ਗੇ ਲਾ ਲਓ ਮਿੱਟੀ ਪੈ ਜਾਂਦੀ ਉਹਦੇ ਵਿੱਚ ਇਹ ਵਾ ਬੜੀ ਕੀਤੀ ਹੈ ਜੀ ਤੁਸੀਂ ਹਾਂਜੀ ਹਾਂਜੀ ਪਰ نیچے ਵੀ ਲੈ ਗਏ ਆ ਹੜਾਂ ਦੇ ਵਿੱਚ ਵੀ ਕੰਮ ਕੀਤਾ ਅੱਛਾ ਭਾਈ ਇੱਕ ਚੀਜ਼ ਤੁਸੀਂ ਹੋਰ ਦੱਸ ਰਿਹਾ ਕਿ ਸਿਲੈਂਸਰ ਦੀ ਬੜੀ ਖਾਸੀਅਤ ਹੈ ਨਾ ਇੱਕ ਤਾਂ ਇਹ ਅੱਗ ਵੀ ਕੱਢਦਾ ਹੈ ਤੇ ਆਵਾਜ਼ ਵੀ ਬੜੀ ਘੈਂਟ ਜੀ ਕੱਢਦਾ ਹੈ ਆਵਾਜ਼ ਦਾ ਤੁਸੀਂ ਹਿਸਾਬ ਲਾ ਲਓ ਵੀ ਅੱਧੇ ਪਿੰਡ ਚ ਪਤਾ ਲੱਗ ਜਾਂਦਾ ਵੀ ਟਰੈਕਟਰ ਸਟਾਰਟ ਹੋ ਗਿਆ ਵੇਟ ਕਰ ਰਹੇਗੇ ਆਪਾਂ ਨੂੰ ਬਾਈ ਨੇ ਦੱਸਤਾ ਸਿਲੈਂਸਰ ਦੀ ਬਾਤ ਸੁਣ ਰਹੇ ਹਾਂ ਬਾਈ ਆ ਰਹੇ ਹਾਂ ਹਾਂਜੀ ਹਾਂਜੀ ਉਹ ਬਾਈ ਦੀਆਂ ਗੱਡਾਂ ਆ ਸਾਰੀਆਂ ਅੱਛਾ ਹਾਂਜੀ ਹਾਂਜੀ ਇਹਦੇ ਤੇ ਫਿਰ ਤੁਸੀਂ ਅਗੋਗ ਦਾ ਉਹ ਫਿਰ ਸੇ ਦਾ ਕੀ ਹਸਾਦਾ ਨਹੀਂ ਸੇਫ ਹੈ ਜਾਨੀ ਜਿਹੜਾ ਉਹ ਬੰਦਾ ਚਲਾਉਂਦਾ ਰਹਿੰਦਾ ਉਹ ਤਾਂ ਆਪਣੇ ਹਿਸਾਬ ਨਾਲ ਦੇਖਦਾ ਵੀ ਟਰੈਕਟਰ ਠੰਡੇ ਦੀ ਰੇ ਪਰ ਪ੍ਰੈਕਟਿਸ ਹੋਣੀ ਚਾਹੀਦੀ ਹੈ ਤੇ ਚੀਜ਼ਾਂ ਨੂੰ ਹਨਾ ਮਸ਼ੀਨ ਨੂੰ ਸਮਝ ਮਸ਼ੀਨ ਦੀ ਸਮਝ ਹੋਣੀ ਬਿਲਕੁਲ ਬਿਲਕੁਲ ਹੁਣ ਕਈ ਆਉਂਦੇ ਆ ਸਟਾਰਟ ਕਰਨਾ ਮੂੰਹ ਤੋਤਾ ਨਹੀਂ ਚਾਕੇ ਰੇ ਦੇ ਦੇਣੀ ਤੇ ਉਹਨੇ ਨੁਕਸਾਨ ਕਰਨਾ ਹੀ ਕਰਨਾ ਚਾਹੀਏ ਆਪਾਂ ਸੁੱਤਾ ਉੱਠ ਕੇ ਕਹੇ ਰੀ ਫਟਾਫਟ ਤੁਰ ਤਾ ਹੁੰਦਾ ਨਹੀਂ ਥੋੜਾ ਗਰਮ ਹੋਵੇ ਫੇ ਜੋ ਮਰਜੀ ਕਰ ਲੋ ਹਾਂਜੀ ਹਾਂਜੀ ਇਹ ਚੀਜ਼ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਅੱਗੇ ਅੱਗੇ ਕੀ ਸੋਚਿਆ ਇਹਦੇ ਤੇ ਹੋਰ ਕੀ ਕੰਮ ਕਰਾਉਣਾ ਤੁਸੀਂ 뮤직 뮤직 ਸਿਸਟਮ ਵੀ ਬੜਾ ਹੀ ਘੈਂ ਹਾਂ ਜੀ ਅੱਗੇ ਬਸ ਇਦਾਂ ਹੀ ਹੌਲੀ ਹੌਲੀ ਜਿੰਦਾ ਜਿੰਦਾ ਟ੍ਰੈਂਡ ਚੇਂਜ ਹੋਈ ਜਾਂਦਾ ਉਦੋਂ ਤਾਂ ਆਪਾਂ ਗਰੀ ਜਾਣਾ ਹਾਂ ਜੀ ਠੀਕ ਹੈ ਬਾਈ ਤੇ ਇਹ ਬਾਈ ਜੀ ਦੀ ਹਨਾ ਇੱਕ ਖਾਸੀਅਤ ਰਹੀ ਸੀਗੀ ਬਾਈ ਨੇ ਬੜੇ ਰੀਜਾ ਦੇ ਨਾਲ ਕਹਿ ਰਹੇ ਸੀਗੇ ਵੀ ਅਸੀਂ ਤਿਆਰ ਕਰਾਇਆ ਤੇ ਅਸੀਂ ਵੀ ਕਿਹਾ ਕਿ ਬਾਈ ਇਹਦੇ ਤੇ ਹੈ ਆਪਾਂ ਇੱਕ ਵਲੌਗ ਕਰਦੇ ਆ ਤੇ ਨਾਲ ਦੇ ਨਾਲ ਤੁਸੀਂ ਇੱਕ ਬਹੁਤ ਲੰਮਾ ਟੂਰ ਹਨਾ ਇਹਦੇ ਤੇ ਚੱਲੇ ਹੋ ਤੇ ਬਹੁਤ ਬਹੁਤ ਬਾਈ ਹੈ ਤੁਹਾਡਾ ਧੰਨਵਾਦ ਟਾਈਮ ਦੇਣ ਦੇ ਲਈ ਇਸੇ ਤਰੀਕੇ ਦੇ ਨਾਲ ਹੋਰ ਵੀ ਅੱਗੇ ਹਨਾ ਤੁਸੀਂ ਮੋਡੀਫਿਕੇਸ਼ਨ ਕਰਾਓ ਅਸੀਂ ਤੁਹਾਡੇ ਇੰਟਰਵਿਊ ਕਰਦੇ ਰਵਾਂਗੇ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਦੋ ਮੀਡੀਅਮ ਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ